ਸਾਡੇ ਵਰਗੇ ਲੋਕਾਂ ਦੇ ਹੱਥ ਚ ਹੁੰਦੀ ਹੈ। ਸਾਡੇ ਵਰਗੇ ਲੋਕ ਚਾਹੁੰਦੇ ਨੇ ਕੋਈ ਮੈਂਬਰ ਸਰਪੰਚ ਬਣਦਾ, ਐਮ ਐਲ ਏ, ਐਮ ਪੀ, ਪ੍ਰਧਾਨ ਮੰਤਰੀ ਬਣਦਾ। ਸਾਡੇ ਵਰਗੇ ਲੋਕ ਨਹੀਂ ਚਾਹੁੰਦੇ ਤਾਂ ਕੋਈ ਸ਼ਖਸ ਕਿਸੇ ਸੀਟ ਦਾ ਮਾਲਕ ਨਹੀਂ ਬਣ ਸਕਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਆ। ਅਗਰ ਮਨ ਦੀ ਚਿੱਠੀ ਚ ਲੱਗਦਾ ਵੀ ਇਹ ਸ਼ਖਸ ਅਗਰ ਸੀਟ ਦਾ ਮਾਲਕ ਬਣਿਆ ਇਹ ਜਨਤਾ ਲਈ ਕੁਛ ਕਰ ਸਕਦਾ ਕਿ ਨਹੀਂ, ਮਨ ਦੀ ਚਿੱਠੀ ਤਾਂ ਇਸ ਦੀ ਚਿੱਠੀ ਨੂੰ ਸਾਨੂੰ ਸਾਫ਼ ਕਰਨਾ ਚਾਹੀਦਾ।